ਬਸ ਕਲਵੀਰ 15-15 ਸਾਲਾਂ ਦੀ ਲਿਆ ਜਾ ਤੇਰੀ ਉਹਨਾਂ ਨੂੰ ਮਿਲ ਕੀ ਲਿਆ ਚਾਰ ਕੰਮ ਕੀ ਦਿਵਾਲੇ ਤੂੰ ਉਹਨਾਂ ਨੂੰ ਬਹਿ ਲੈ ਲਿਆ ਯਾਰ ਲੈ ਹੁਣ ਉਹ ਤੇਰੇ ਨਾਲ ਵਰਤ ਕੇ ਦਿਖਾਉਣ ਇੰਨਾ ਮੈਨੂੰ ਮਾਣ ਆ ਉਹਨਾਂ ਤੇ ਠੀਕ ਆ ਨਾ ਲੈ ਹੁਣ ਤੇਰੇ ਨਾਲ ਵਰਤ ਤੇਰੇ ਨਾਲ ਕੀ ਕਿਸੇ ਨਾਲ ਵੀ ਇੱਥੇ ਤਲਵੰਡੀ ਚ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਜੁੜ ਚੁੱਕੇ ਹੋ ਖਬਰੀ ਡਾਕੀਏ ਦੇ ਨਾਲ ਹੋਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਹੋਰ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕੁਲਵੀਰ ਨਰਵਾਣਾ ਦੇ ਕਤਲ ਦੇ ਮਾਮਲੇ ਨਾਲ ਜੁੜੀ ਹੋਈ ਜਦੋਂ ਕੁਲਵੀਰ ਨਰਵਾਣਾ ਦਾ ਕਤਲ ਹੋਇਆ ਉਸ ਦੇ ਹੀ ਦੋਸਤ ਮੰਨਾ ਸੰਧੂ ਨੇ ਉਸ ਦਾ ਕਤਲ ਕੀਤਾ ਤਾਂ ਉਦੋਂ ਤੋਂ ਬਾਅਦ ਮੰਨਾ ਸੰਧੂ ਦੇ ਉੱਪਰ ਯਾਰ ਮਾਰ ਕਰਨ ਦੇ ਵੱਡੇ ਵੱਡੇ ਇਲਜ਼ਾਮ ਲੱਗਣ ਲੱਗੇ ਸੀ ਅਤੇ ਲੋਕਾਂ ਦਾ ਕਹਿਣਾ ਸੀ ਕਿ ਮੰਨਾ ਸੰਧੂ ਗਦਾਰੀ ਕਰ ਗਿਆ ਕੁਲਵੀਰ ਦੇ ਨਾਲ ਖਾ ਪੀ ਕੇ ਕੁਲਵੀਰ ਨੂੰ ਹੀ ਮਾਰ ਗਿਆ ਅਤੇ ਯਾਰੀ ਵੀ ਬਦਨਾਮ ਹੋਣ ਲੱਗੀ ਸੀ ਪਰ ਲੋਕਾਂ ਨੂੰ ਪੂਰਾ ਕਾਰਨ ਨਹੀਂ ਪਤਾ ਸੀ ਕਿ ਆਖਰ ਮੰਨਾ ਸੰਧੂ ਨੇ ਇਹ ਕੰਮ ਕਿਉਂ ਕੀਤਾ ਕੁਝ ਦਾ ਕਹਿਣਾ ਸੀ ਕਿ ਮੰਨਾ ਸੰਧੂ ਨੇ ਕਿਸੇ ਤੋਂ ਪੈਸੇ ਲੈ ਕੇ ਜਾਣੀ ਕਿ ਕੁਲਵੀਰ ਨਰਵਾਣਾ ਦੇ ਐਂਟੀਆਂ ਤੋਂ ਪੈਸੇ ਲੈ ਕੇ ਕੁਲਵੀਰ ਨਰਵਾਣਾ ਦਾ ਕਤਲ ਕੀਤਾ ਹੈ ਪਰ ਹੁਣ ਕੁਝ ਪੇਜ ਇਸ ਮਾਮਲੇ ਦੇ ਨਾਲ ਜੁੜੇ ਹੋਏ ਖੁੱਲ੍ਹਣ ਲੱਗੇ ਹਨ ਵੈਸੇ ਤਾਂ ਪੁਲਿਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਇਹ ਕਤਲ ਨਹੀਂ ਹੋਇਆ ਜਾਂ ਫਿਰ ਕੁਲਵੀਰ ਦੇ ਕਿਸੇ ਵਿਰੋਧੀ ਨੇ ਇਹ ਕਤਲ ਨਹੀਂ ਕਰਵਾਇਆ ਅਸਲ ਦੇ ਵਿੱਚ ਮੰਨਾ ਜਿੱਥੋਂ ਦਾ ਰਹਿਣ ਵਾਲਾ ਹੈ ਤਲਵੰਡੀ ਦਾ ਮੰਨੇ ਦੀ ਉੱਥੇ ਕੁਝ ਬੰਦਿਆਂ ਦੇ ਨਾਲ ਲਾਗ ਡਾਟ ਹੈ ਅਤੇ ਤੁਹਾਨੂੰ ਦੱਸ ਦਈਏ ਉਹਨਾਂ ਦੇ ਵਿੱਚ ਇੱਕ ਹੈ ਅਜੀਜ਼ ਖਾਨ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਅਤੇ ਉੱਥੇ ਦੇ ਹੀ ਇੱਕ ਹਨ ਲਕਸ਼ਮਣ ਦਾਸ ਜਿਨ੍ਹਾਂ ਦਾ ਕਿ ਜ਼ਿਕਰ ਕੀਤਾ ਹੈ ਮੰਨਾ ਸੰਧੂ ਨੇ ਕੁਝ ਦਿਨ ਪਹਿਲਾਂ ਦੇ ਆਪਣੇ ਫੇਸਬੁੱਕ ਵਾਲੇ ਲਾਈਵ ਵਿੱਚ ਉਹਨੂੰ ਤੁਸੀਂ ਵਿਚਾਰੇ ਨੂੰ ਕੁੱਟਿਆ ਨਾ ਫਿਰ ਉਹ ਤੋਂ ਲੈ ਲਿਆ ਸੀਗਾ ਪੂਲ ਲਕਸ਼ਮਣ ਤੋਂ ਤੁਸੀਂ ਉਹਨੂੰ ਪੂਲ ਪਿੱਛੇ ਕੁੱਟਿਆ ਫਿਰ ਉਹ ਤੋਂ ਲੈ ਲਿਆ ਸੀਗਾ ਪੂਲ ਬਾਲੇ ਵੱਡੇ ਭੁਲੇਖੇ ਚ ਫਿਰਦੇ ਹੋ ਤੁਸੀਂ ਐਡੀ ਗੱਲਬਾਤ ਹੈ ਨਹੀਂ ਗੀ ਜਿਨ੍ਹਾਂ ਨੂੰ ਇਸ ਵੀਡੀਓ ਦੇ ਵਿੱਚ ਮੰਨਾ ਸੰਧੂ ਆਖ ਰਿਹਾ ਹੈ ਕਿ ਤੁਹਾਡੇ ਵਿੱਚ ਐਡੀ ਵੱਡੀ ਗੱਲ ਨਹੀਂ ਹੈ ਉਸ ਸ਼ਖਸ ਦਾ ਨਾਮ ਹੈ ਅਜੀਜ਼ ਖਾਨ ਅਤੇ ਦੋਸਤੋ ਕਿਹਾ ਜਾ ਰਿਹਾ ਹੈ ਜਿਵੇਂ ਕਿ ਅਸੀਂ ਨੇ ਤੁਹਾਨੂੰ ਦੱਸਿਆ ਕਿ ਇਹ ਕਾਂਗਰਸ ਦੇ ਲੀਡਰ ਹਨ ਅਤੇ ਇਹਨਾਂ ਦੇ ਨਾਲ ਗੁੱਸਾ ਗਿਲਾ ਹੈ ਮੰਨਾ ਸੰਧੂ ਦਾ ਅਤੇ ਜਿਹੜੇ ਕਿ ਅਜੀਜ਼ ਖਾਨ ਹਨ ਇਹ ਕੁਲਵੀਰ ਨਰਵਾਣਾ ਦੇ ਵੀ ਕਰੀਬੀ ਦੱਸੇ ਜਾ ਰਹੇ ਸੀ ਥੋੜੇ ਸਮੇਂ ਤੋਂ ਇਹ ਕੁਲਵੀਰ ਨਰਵਾਣਾ ਦੇ ਨਜ਼ਦੀਕ ਆ ਗਏ ਸੀ ਉੱਥੇ ਹੀ ਦੂਸਰੇ ਪਾਸੇ ਮੰਨਾ ਸੰਧੂ ਦੀ ਪੁਰਾਣੀ ਯਾਰੀ ਸੀ ਕੁਲਵੀਰ ਨਰਵਾਣਾ ਦੇ ਨਾਲ ਪਰ ਜਦੋਂ ਮੰਨਾ ਸੰਧੂ ਦੇ ਗੁੱਸੇ ਗਿਲੇ ਹੁੰਦੇ ਹਨ ਅਜੀਜ਼ ਖਾਨ ਦੇ ਨਾਲ ਤਾਂ ਉਸ ਤੋਂ ਬਾਅਦ ਅਜੀਜ਼ ਖਾਨ ਵਾਲੀ ਪਾਰਟੀ ਆਖਦੀ ਹੈ ਕਿ ਸਾਡੇ ਕੁਲਵੀਰ ਨਰਵਾਣਾ ਦੇ ਨਾਲ ਰਿਸ਼ਤੇ ਬਹੁਤ ਵਧੀਆ ਹਨ ਕੁਲਵੀਰ ਨਰਵਾਣਾ ਸਾਡਾ ਭਰਾ ਹੈ ਜਾਣੀ ਕਿ ਇੱਕ ਤਰ੍ਹਾਂ ਦਾ ਮੰਨਾ ਸੰਧੂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸਾਡੇ ਕੁਲਵੀਰ ਨਰਵਾਣਾ ਦੇ ਨਾਲ ਰਿਸ਼ਤੇ ਬਹੁਤ ਵਧੀਆ ਹਨ ਪਰ ਮੰਨਾ ਸੰਧੂ ਨੂੰ ਇਸ ਚੀਜ਼ ਤੋਂ ਬਹੁਤ ਗੁੱਸਾ ਗਿਲਾ ਆਉਂਦਾ ਹੈ ਕਿਉਂਕਿ ਉਹ ਜਾਣਦਾ ਸੀ ਕਿ ਮੇਰੇ ਕੁਲਵੀਰ ਦੇ ਨਾਲ 15 ਸਾਲ ਪੁਰਾਣੇ ਰਿਸ਼ਤੇ ਹਨ ਅਤੇ ਕੁਲਵੀਰ ਮੇਰੇ ਨਾਲ ਹੀ ਖੜੇਗਾ ਜਿਵੇਂ ਕਿ ਤੁਸੀਂ ਨੇ ਵੀਡੀਓ ਦੇ ਸਟਾਰਟਿੰਗ ਵਿੱਚ ਸੁਣਿਆ ਮੰਨਾ ਸੰਧੂ ਨੇ ਆਖ ਵੀ ਦਿੱਤਾ ਸੀ ਕਿ ਹੁਣ ਕੁਲਵੀਰ ਨਰਵਾਣਾ ਤੁਹਾਡੇ ਨਾਲ ਨਹੀਂ ਖੜ ਸਕਦਾ ਕਿਉਂਕਿ ਕੁਲਵੀਰ ਨਾਲ ਮੇਰੇ ਨਜ਼ਦੀਕੀ ਰਿਸ਼ਤੇ ਹਨ ਸ਼ਾਇਦ ਮੰਨਾ ਸੰਧੂ ਇਸ ਕਰਕੇ ਆਖ ਰਿਹਾ ਸੀ ਉਸ ਨੂੰ ਲੱਗ ਰਿਹਾ ਹੋਵੇ ਕਿ ਕੁਲਵੀਰ ਨਰਵਾਣਾ ਉਸ ਦੀ ਗੱਲ ਮੋੜੇਗਾ ਨਹੀਂ ਪਰ ਦੋਸਤੋ ਹੋ ਸਕਦਾ ਹੈ ਜਦੋਂ ਮੰਨਾ ਸੰਧੂ ਨੇ ਕੁਲਵੀਰ ਨਰਵਾਣਾ ਨੂੰ ਕਿਹਾ ਹੋਵੇ ਕਿ ਤੁਸੀਂ ਅਜੀਜ਼ ਖਾਨ ਵਾਲੀ ਪਾਰਟੀ ਦੇ ਨਾਲ ਰਿਸ਼ਤੇ ਨਾ ਰੱਖੋ ਤਾਂ ਉਸ ਤੋਂ ਬਾਅਦ ਮਨਾ ਕਰ ਦਿੱਤਾ ਹੋਵੇ ਜਾਂ ਕੁਲਵੀਰ ਨਰਵਾਣਾ ਨੇ ਜਾਂ ਫਿਰ ਕੁਲਵੀਰ ਨਰਵਾਣਾ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਅਤੇ ਦੋਸਤੋ ਇਹੀ ਗੱਲ ਸੀ ਜਿਹੜੀ ਕਿ ਕੁਲਵੀਰ ਨਰਵਾਣਾ ਦੀ ਮੌਤ ਦਾ ਕਾਰਨ ਬਣੀ ਕਿਉਂਕਿ ਜਦੋਂ ਕੁਲਵੀਰ ਨਰਵਾਣਾ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਜਾਣ ਕੇ ਮੰਨਾ ਸੰਧੂ ਦੀ ਉਸ ਤੋਂ ਬਾਅਦ ਮੰਨੇ ਨੂੰ ਗੁੱਸਾ ਆਇਆ ਅਤੇ ਗੁੱਸੇ ਦੇ ਵਿੱਚ ਹੀ ਮੰਨਾ ਸੰਧੂ ਨੇ ਕੁਲਵੀਰ ਨਰਵਾਣਾ ਦਾ ਕਤਲ ਕਰ ਦਿੱਤਾ।